ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਲਾਈਵ ਹੋਏ ਹਾਂ ਲੇਟੈਸਟ ਕਲੈਕਸ਼ਨ ਦੇ ਨਾਲ। ਅਤੇ ਅੱਜ ਅਸੀਂ ਤੁਹਾਨੂੰ ਜਿਹਦੇ 'ਚ ਡਿਫਰੈਂਟ ਡਿਫਰੈਂਟ ਆਰਟੀਕਲ ਦਿਖਾਵਾਂਗੇ, ਅਨਸਟਿਚ ਦੇ ਵਿੱਚ ਫੈਬਰਿਕ ਵਾਲੇ ਕੋਨਸੈਪਟ, ਉਹਦੇ 'ਚ ਕੱਪੜੇ ਜਿਵੇਂ ਤੁਹਾਨੂੰ ਦਿਖਾਵਾਂਗੇ, ਸਾਟਨ, ਕਰੇਪ, ਜੋਰਜਟ, ਔਰਗੈਂਜ਼ਾ, ਤਾਨਾ ਬਾਨਾ, ਡਸ਼ੀਨ, ਸਾਰੇ ਡਿਫਰੈਂਟ ਡਿਫਰੈਂਟ ਆਰਟੀਕਲ ਆਉਣਗੇ। ਤਕਰੀਬਨ ਤੁਹਾਨੂੰ 20 ਪੀਸ ਦਿਖਾਵਾਂਗੇ, 20 ਦੇ 20 ਪੀਸ ਸਾਰੇ ਹੀ ਡਿਫਰੈਂਟ ਆਉਣਗੇ ਪੀਸ ਉਹਦੇ 'ਚ। ਅਤੇ ਇਹਨਾਂ ਵਾਸਤੇ ਤੁਸੀਂ ਸਾਡੇ ਨੰਬਰ ਇੱਕ ਵਾਰੀ ਨੋਟ ਕਰ ਲਓ ਪਲੀਜ਼। ਇਹ ਸਾਡੇ ਸਟੋਰ ਦੇ 3 ਨੰਬਰ ਨੇ, ਇਹਨਾਂ 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਜੀ। ਵਰਲਡਵਾਈਡ ਸ਼ਿਪਮੈਂਟ ਆਪਣੀ ਆਲ ਓਵਰ ਇੰਡੀਆ, ਤੁਸੀਂ ਕਿਤੇ ਵੀ ਪੀਸ ਮੰਗਾਉਣਾ ਚਾਹੁੰਦੇ ਹੋ 3 ਤੋਂ 4 ਦਿਨ ਦੇ ਵਿੱਚ ਪਾਰਸਲ ਪਹੁੰਚ ਜਾਂਦਾ ਹਰ ਜਗ੍ਹਾ ਜੀ। ਅਤੇ ਆਊਟ ਆਫ ਇੰਡੀਆ ਤਕਰੀਬਨ 7 ਤੋਂ 8 ਦਿਨ ਲੱਗਦੇ ਨੇ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਰਮਨ, ਕਿਤੇ ਵੀ ਪਾਰਸਲ ਜਾਣਾ ਹੋਵੇ ਤਕਰੀਬਨ 7 ਤੋਂ 8 ਦਿਨ ਦੇ ਵਿੱਚ ਪਾਰਸਲ ਪਹੁੰਚ ਜਾਂਦਾ ਜੀ ਉਹ। ਹਾਂਜੀ, ਨੰਬਰ ਤੁਹਾਡੇ ਕੋਲ ਨੋਟ ਹੋ ਗਏ। ਅਤੇ ਵੀਡੀਓ ਆਪਾਂ ਸ਼ੁਰੂ ਕਰ ਦਿੰਦੇ, ਸਭ ਤੋਂ ਪਹਿਲਾਂ ਦਿਖਾ ਰਿਹਾ, ਦੇਖੋ ਇਸ ਤਰ੍ਹਾਂ ਪੂਰੀ ਸ਼ਰਟ ਦਾ ਤੁਹਾਨੂੰ ਮੈਂ ਫਰੰਟ ਦਿਖਾ ਰਿਹਾ ਇਸ ਤਰ੍ਹਾਂ ਹੀ ਵਾਲਾ, ਹੁਣ ਤੁਹਾਨੂੰ ਦਿਖਾ ਰਿਹਾ ਨੀਚੇ ਐਮਬਰਾਇਡਰੀ ਘੇਰੇ ਤੋਂ ਸ਼ੁਰੂ ਕਰਦੇ ਹਾਂ। ਇਹਦੇ 'ਚ ਸਾਰੇ ਇਸ ਤਰ੍ਹਾਂ ਪੈਚਿਜ਼ ਹੈ ਜੀ, ਸਾਰਾ ਪੀਚ ਕਲਰ ਦਾ ਸੂਟ ਹੈ, ਸਾਟਨ ਜੋਰਜਟ ਦਾ, ਉਹਦੇ ਉੱਪਰ ਡਾਰਕ ਕੋਰਲ ਕਲਰ ਦੀ ਪੈਚਿੰਗ ਹੈ, ਕੰਟਰਾਸਟ, ਫਿਰ ਉਹਦੇ ਉੱਪਰ ਨਾਲ ਸਾਰੀ ਐਮਬਰਾਇਡਰੀ ਹੈ। ਇਹ ਸ਼ਰਟ ਦਾ ਨੀਚੇ ਘੇਰੇ 'ਤੇ ਆ ਗਿਆ, ਫਿਰ ਉਹਦੇ ਉੱਪਰ ਇੱਕ ਸਟਮਿਕ ਦੇ ਉੱਤੇ ਪੈਟਰਨ ਆਏਗਾ ਸਾਰਾ ਇਸ ਤਰ੍ਹਾਂ ਵਾਲਾ, ਅਤੇ ਫਿਰ ਉੱਪਰ ਯੋਗ ਦੇ ਉੱਤੇ ਇਸ ਤਰ੍ਹਾਂ ਨੈਕ ਦੇ ਉੱਪਰ ਨਾਲ ਸੈਟਿੰਗ ਆਏਗੀ। ਇਹਦੇ ਆਲ ਓਵਰ ਪੂਰੀ ਸ਼ਰਟ ਦਾ ਫਰੰਟ ਆਏਗਾ, ਜਿਸ ਕਲਰ ਦੇ ਪੈਚਿੰਗ ਹੈ ਉਸੇ ਕਲਰ ਦੀ ਨਾਲ ਇਹਦੇ ਚੁੰਨੀ ਆਏਗੀ ਸਿਲਕ ਔਰਗੈਂਜ਼ਾ ਦੇ ਵਿੱਚ। ਚਾਰੇ ਪਾਸੇ ਸਕੈਲਪਿੰਗ, ਪੈਚਿੰਗ, ਆਹ ਲੁੱਕ ਪੂਰੇ ਆਰਟੀਕਲ ਦੀ ਆਏਗੀ, ਦੇਖੋ ਇਸ ਤਰ੍ਹਾਂ ਜੀ। ਅਤੇ ਇਹਦਾ ਜਿਹੜਾ ਪ੍ਰਾਈਜ਼ ਇਹਨਾਂ ਜਿਹੜਾ ਕੀ ਨਿਕਲਿਆ, ਸਾਰੇ ਹੀ ਲੇਟੈਸਟ ਚੀਜ਼ਾਂ ਨੇ, ਵਾਸ਼ੇਬਲ ਆਰਟੀਕਲ ਨੇ। ਆਈਟਮ ਨੰਬਰ 1 ਹੈ ਜੀ, ਪ੍ਰਾਈਜ਼ ਪਏਗਾ ਇਹਦਾ 7530 ਰੁਪਏ ਆਪਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਦਿਓਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ ਰਿੰਪੂ ਜੀ, ਸਤਿ ਸ਼੍ਰੀ ਅਕਾਲ ਜੀ ਸੰਧਿਆ ਜੀ, ਸਤਿ ਸ਼੍ਰੀ ਅਕਾਲ ਜੀ ਕਮਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਲੋ ਜੀ ਕਿਆ ਦੇਖੋ, ਕੰਟਰਾਸਟ ਮੈਰੂਨ ਇੰਟੂ ਡਾਰਕ ਪੀਚ ਦੇ ਨਾਲ ਆਈਟਮ ਆਈ ਹੈ, ਡਸ਼ੀਨ ਦੇ ਉੱਤੇ ਆਈਟਮ ਹੈ ਜੀ ਅਲੀ। ਇਹ ਜੈਪੁਰ ਦਾ ਕੰਮ ਹੈ ਸਾਰਾ ਜੀ ਅਲਾ, ਇਹ ਓਰਿਜਨਲ ਸਾਰਾ ਡੋਰੀ ਦਾ ਕੰਮ ਹੈ ਇਹਦੇ 'ਚ, ਨਾਲ ਨਾਲ ਸੀਕੁਐਂਸ ਹੈ, ਨੀਚੇ ਹਲਕੀ ਜੀ ਲੇਸ ਆਏਗੀ, ਮਤਲਬ ਸ਼ਰਟ ਦੇ ਹਲ ਤੱਕ ਘੇਰੇ ਲੈਵਲ ਤੱਕ ਪੂਰਾ ਹੈਵੀ ਜਾਲ ਆਏਗਾ, ਉਹਦੇ ਉੱਪਰ ਆਏਗਾ ਬੂਟੀ ਦਾ ਕੋਨਸੈਪਟ ਇੱਦਾਂ ਹੀ ਸਾਰਾ। ਨਾਲ ਇਸ ਤਰ੍ਹਾਂ ਹੀ ਸਲੀਵ ਦੇ ਉੱਤੇ ਪੂਰੀ ਸ਼ਰਟ ਦਾ ਫਰੰਟ ਆਏਗਾ, ਦੁਪੱਟਾ ਨਾਲ ਅਸੀਂ ਦੇ ਰਹੇ ਕੰਟਰਾਸਟ, ਇਹ ਨਾਲ ਦੁਪੱਟਾ ਦੇ ਰਹੇ ਕੰਟਰਾਸਟ ਦੇ ਨਾਲ, 4 ਸਾਈਡ ਦੁਪੱਟੇ 'ਤੇ ਐਮਬਰਾਇਡਰੀ ਆਏਗੀ ਅਤੇ ਪੇਸਟਿੰਗ ਆਏਗੀ ਸਾਰੀ ਇਸ ਤਰ੍ਹਾਂ। ਲਓ ਜੀ ਦਿਓ ਜੀ ਪ੍ਰਾਈਜ਼ ਦੇਖੋ ਕੀ ਨਿਕਲਿਆ ਅੱਜ ਦੀ ਵੀਡੀਓ ਦੀ। ਆਈਟਮ ਨੰਬਰ ਇਹ 2 ਆ ਜੀ, ਪ੍ਰਾਈਜ਼ ਪਏਗਾ ਇਹਦਾ 6730। ਨੈਕਸਟ ਹੋ ਜੀ, ਜਿਹੜਾ ਤੀਸਰਾ ਆਰਟੀਕਲ ਆਏਗਾ ਉਹ ਮੋਬ ਕਲਰ ਦੇ ਵਿੱਚ ਆ ਜੀ ਵਾਲਾ, ਇਹ ਕਲਰ ਬਹੁਤ ਚੱਲ ਰਿਹਾ ਇਸ ਟਾਈਮ ਜਿਹਾ, ਲਾਈਲੈਕ ਮੋਬ ਕਲਰ ਆ ਜੀ ਇਸ ਤਰ੍ਹਾਂ। ਇਹਦੇ 'ਚ ਇਸ ਤਰ੍ਹਾਂ ਸਲੀਵਸ ਦੇ ਉੱਤੇ ਐਮਬਰਾਇਡਰੀ ਆਏਗੀ, ਸ਼ਰਟ ਦੇ ਉੱਤੇ ਇਸ ਤਰ੍ਹਾਂ ਯੋਗ ਸਟਾਈਲ ਦੇ ਉੱਪਰ ਆਏਗਾ, ਹਾਫ ਨੈਕ ਆਏਗਾ ਇਸ ਤਰ੍ਹਾਂ, ਉੱਪਰ ਯੋਗ ਸਟਾਈਲ ਨਾਲ ਬਟਨ, ਨੀਚੇ ਬੂਟੀ ਕੋਨਸੈਪਟ, ਇਸ ਦਾ ਫੁੱਲ ਬਾਜ਼ੂ ਦੀ ਆਪਸ਼ਨ, ਅਤੇ ਦੁਪੱਟਾ ਸਿੰਪਲ ਇਕਦਮ ਗਰਲਿਸ਼ ਆ ਕੋਨਸੈਪਟ ਹੈ, ਕਿਉਂਕਿ ਬਹੁਤਾ ਓਵਰਕਮ ਨਹੀਂ ਹੈ, ਦੁਪੱਟਾ ਵੀ ਸਿੰਪਲ ਹੈ, ਸਿਰਫ ਗੋਟੇ ਦੀ ਟੱਚਿੰਗ ਹੈ ਇਹਦੇ 'ਚ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਲਾਈਲੈਕ ਮੋਬ ਕਲਰ ਦੇ ਵਿੱਚ। ਆਈਟਮ ਨੰਬਰ ਇਹ 3 ਹੈ ਜੀ, ਪ੍ਰਾਈਜ਼ ਪਏਗਾ 4040 ਰੁਪਏ ਦਾ। ਲਓ ਜੀ ਕਿਆ ਕਲੈਕਸ਼ਨ ਆਏਗੀ ਦੇਖਣਾ ਸਾਹਿਬ, ਰਾਣੀ ਕਲਰ ਦੇ ਵਿੱਚ ਆਈਟਮ ਆਈ ਹੈ ਆਲ ਓਵਰ ਦੇ ਵਿੱਚ, ਪ੍ਰੋਪਰ ਮਤਲਬ ਰੈੱਡ ਮਜੈਂਟਾ ਵੀ ਨਹੀਂ ਹੈ ਅਤੇ ਰੈੱਡ ਵੀ ਨਹੀਂ ਹੈ, ਡਿਫਰੈਂਟ ਥੋੜ੍ਹਾ ਸਟ੍ਰੋਬਰੀ ਟਾਈਪ ਜਿਹਾ ਕਲਰ ਹੈਗਾ। ਇਹਦੇ ਜਿਹੜਾ ਨੀਚੇ ਸਾਰਾ ਨਾ ਡਿਫਰੈਂਟ ਡਿਫਰੈਂਟ ਕੰਮ ਹੈ, ਸਾਰਾ ਨੀਚੇ ਪਹਿਲਾਂ ਹੈਂਡਵਰਕ ਆਏਗਾ, ਸੀਕੁਐਂਸ ਦਾ, ਨੋਟ ਦਾ ਕੰਮ ਆਏਗਾ, ਫਿਰ ਇਹਦੇ ਉੱਪਰ ਗੋਟੇ ਪੱਤੀ ਦਾ, ਡਬਕੇ ਦਾ ਅਤੇ ਨੋਟ ਦਾ ਕੰਮ ਆਏਗਾ, ਫਿਰ ਰੇਸ਼ਮ ਦੇ ਨਾਲ ਸੀਕੁਐਂਸ ਦਾ ਕੰਮ ਆਏਗਾ, ਫਿਰ ਨਾਲ ਇਹਦੇ ਆਏਗਾ ਪਿੱਟਾ ਵਰਗ ਦਾ ਕੰਮ ਆਏਗਾ, ਫਿਰ ਉੱਪਰ ਰੇਸ਼ਮ ਦਾ ਕੰਮ ਆਏਗਾ। ਇਹ ਜਿੰਨੀਆਂ ਵੀ ਲਾਈਨਾਂ ਨੇ ਸਾਰਿਆਂ ਦੇ ਵਿੱਚ ਡਿਫਰੈਂਟ ਐਮਬਰਾਇਡਰੀ ਹੈ, ਪੂਰੀ ਸ਼ਰਟ ਦਾ ਫਰੰਟ ਆਏਗਾ, ਬਾਜ਼ੂ ਆਣਗੇ, ਦੁਪੱਟਾ ਆਏਗਾ, 4 ਸਾਈਡ ਐਮਬਰਾਇਡਰੀ ਸਕੈਲਪਿੰਗ ਦੇ ਵਿੱਚ, ਪੂਰਾ ਬੂਟੀ ਕੋਨਸੈਪਟ। ਲਓ ਜੀ ਪ੍ਰਾਈਜ਼ ਦੇ ਬੜਾ ਕੀ ਨਿਕਲਿਆ, ਆਈਟਮ ਨੰਬਰ ਅੱਜ ਦੀ ਵੀਡੀਓ ਦੀ ਇਹ 4 ਹੈ ਜੀ, ਪ੍ਰਾਈਜ਼ ਪਏਗਾ 8030। ਨੈਕਸਟ ਲਓ ਜੀ, ਇਹ ਕੈਬੀ ਡਿਜ਼ਾਈਨ ਬਹੁਤ ਪਿਆਰਾ ਸੈੱਟ ਹੋਇਆ ਜੀ, ਜੈਪੁਰ ਦੀ ਆਈਟਮ ਹੈ ਵੀ। ਇਹਦੇ ਸਾਰਾ ਨੀਚੇ ਪਰਲਸ ਦਾ ਕੰਮ ਆਏਗਾ ਜੀ,
स्पर्स का काम विद कटदाना और उपर सीकुंस का काम आएगा, ओरिजिनल प्योर दबके का काम आएगा, नाले रेशम का काम आएगा सारा। इसका पूरी बूटी का कॉन्सैप्ट आएगा शर्ट के उत्ते। दुपट्टे के कॉर्नर हैवी आएंगे, चारे पासे स्कैल्पिंग आएगी, बिच के जिस तरह क्रॉस चैक के नाल पूरा हैवी जीरो नंबर पायल से सीकुंस का काम आएगा पूरा। आलुक आएगी पूरे आर्टिकल की, ये डशीन का सूट है जी अला, तो ऑर्गेंजा की चुन्नी है नाले दे, 5 मीटर सूट नाल 2.5 मीटर दुपट्टा, आइटम नंबर 5, प्राइस पेगा 5990। बहुत रिजनेबल है, करेब का सूट है, ऑर्गेंजा की चुन्नी, फुल हैवी जाल, 4 साइड बॉर्डर। नेक्स्ट चलो जी, लो जी क्या भी चीज़ साढ़े को अच्छी सेल हो रही है, डिजाइनर दे विच आइटम आई जिस तरह ये सैलीब्रिटी पीस है जी, अला यदि पिक भी आँदी नाले दे वैसे, ये इस तरह बाजू हैवी आ गए थे जी, फुल स्लीव्स शर्ट देते पूरा हैवी केरा, नीचे प्योर डोरी का काम, दबके का काम, गोटे पत्ती का काम, पर्ल्स का काम, तो यह पूरी शर्ट का फ्रंट आएगा इस तरह जी। यह सारी एम्ब्रायडरी देखो, इस नज़दीक तो देखो काम सारा। लो जी पूरी शर्ट का फ्रंट, फुल बाजू, दुपट्टा लाओ बेटा जरा, फोर साइड दुपट्टा टेपिंग दे विच। दो जी प्राइस की निकलिया था, एक ये भी डिशीन का सूट है जी, चनौन शपोन की चुन्नी है, आइटम नंबर 6 है, प्राइस पाएगा 6730। सारे डिफरेंट कॉन्सैप्ट आते हैं ये। नेक्स्ट चलो जी, और ऑर्गेंजा दे विच आइटम आएगी ली, ग्रे कलर के उत्ते येलो एम्ब्रायडरी है। एक्चुअली साढ़े को हैवी दे विच भी सेम डिजाइन बन के आ रहा, 12-13 हज़ार दे विच भी, ते ये थोड़ा जिहा लाइट दे विच भी अच्छा बिक रही है। नीचे सारा स्कैल्पिंग एम्ब्रायडरी आ गई, ये नीचे बूटे आ गए, इस तरह 2 बूटे 3, 1 बूटा फिर उपर बूटे कॉन्सैप्ट, तो दुपट्टा आएगा येलो चारे पासे कॉर्नर ते नाले दे स्कैल्पिंग। लो जी लुक आएगी ग्रे एंड येलो। दो जी प्राइस की निकलिया, आइटम नंबर ये 7 है जी, प्राइस पेगा सिर्फ 3380। वेरी गुड, डेट तो नहीं गलत लगे बेटे, कितने 3380 रुपये सिर्फ। वेरी गुड, नेक्स्ट चलो जी। लो जी एक क्या कलेक्शन देना जरा जी, ये सारा प्योर सिलक उत्ते आइटम आई जी, ये ना सारा फरोजी कलर का पहला पैच दे के फिर वो उपर एम्ब्रायडरी की सारी इस तरह जी, फिर ये उपर सारा डोरी का काम है, देखो आ बैक तो देखो काम सारा, ये सारा डोरी के काम ने, नीचे 5 बूटे ने, फिर उपर 4 बूटे ने, घेरा बनेगा तकरीबन 28 के आसपास, 28 इंच के आसपास, उपर नैक आएगा कुर्ता पट्टी स्टाइल हाफ के, दुपट्टा नाले दे जिस कलर की एम्ब्रायडरी नीचे पैच दे के उस कलर की चुन्नी है, 4 साइड बॉर्डर के इस तरह। लो जी सिलक दी नाल बॉटम कंट्रास्ट, वेरी एक्सकलूसिव टेस्ट। जो जी प्राइस की निकलिया बेटे, आइटम नंबर 8 है जी, प्राइस पेगा 5810 रुपये जी, का बिल्कुल डिफरेंट पीस आई है, मेरे ख्याल सिंगल पीस ही आया शायद, कलर ऑप्शन नहीं आएगी इस। लो जी क्या कलेक्शन देना, स्काई ब्लू दे नाल ग्रे दा कॉन्ट्रास्ट है इहदा, लो जी इस तरह ये स्काई ब्लू सूट आएगा सारा इस तरह, इहदे उपर जिहड़ा काम हैगा नीचे सारा गोल्डन सीकुंस, फिर ग्रे कलर ते ब्लू कलर दा रेशम, फिर इहदे उपर कटदाने दी लाइन आएगी सारी एम्ब्रायडरी दे विच, फिर इहदे उपर पिट्टा वर्क दा काम आएगा सारा। यह पूरी शर्ट का फ्रंट आ गया, बॉटम भी सेम कलर आएगी स्काई ब्लू, दुपट्टा नाले से बहुत सोहना बनेगी, दुपट्टे के चारे पास एक तरह बेल आ गई, इस तरह ये जो काम किए ने तिने जिमें तीन के बॉर्डर ने, तिने बॉर्डर किए ने कड़दाने का सीकुंस का तो नाल रेशम का, फिर पूरे पले हैवी है ग्रे कलर के। लो जी आ लुक आएगी पूरे आर्टिकल की, दो बड़े प्राइस की निकले, आइटम नंबर यह 9 है जी, प्राइस पेगा 8190। लो जी क्या ग्रे इन टू पिंक दे विच आइटम आई इस तरह जी, अली
ऑल ओवर डशीन का सूट आएगा जी, सारा पैनल दे विच कॉन्सेप्ट आई इस तरह ही, बहुत सोहना पीस है सारा। ये ना ये पहला तो पिटा वर्क का काम आ गया जी, नाल दबके का काम आ गया, फैल्स आ गया, फिर ग्रे ते पिंक कलर की सीकुंस है। देखो घेरा सेंटर पैनल इस तरह, बहुत सोहना कलर कंट्रास्ट बहुत पूरा ग्रे इन टू पिंक। दुपट्टे के चारे पासे कॉर्नर स्कैल्पिंग और ये सारा नोट का काम। आ लुक आएगी पूरे आर्टिकल की, दियो जी प्राइस की निकले। आइटम नंबर ये 10 है जी, प्राइस पेगा 4470 रुपये जी, 4470। ਨੋ ਜੀ ਕਹਿ ਵੀ ਚੀਜ਼ ਸਾਡੀ ਬਹੁਤ ਸੁਪਰ ਜਾ ਰਹੀ ਹੈ, ਸਾਰੀ ਹੈਂਡਵਰਕ ਦੇ ਵਿੱਚ ਆਈਟਮ ਆਈ ਇਸ ਤਰ੍ਹਾਂ। ਇਹ ਕਲੈਕਸ਼ਨ ਆਏਗੀ ਸਾਰੀ ਹੈਂਡਵਰਕ ਦੇ ਵਿੱਚ ਇਸ ਤਰ੍ਹਾਂ ਜੀ। ਇਹਦੇ ਨੀਚੇ ਸਾਰੀ ਪੇਸਟਿੰਗ ਆਏਗੀ, ਪੀਚ ਰਸ ਅਤੇ ਮੈਰੂਨ ਕਲਰ ਦੀ ਪੇਸਟਿੰਗ ਹੈ। ਫਿਰ ਇਹਦੇ 'ਚ ਉੱਪਰ ਉਹੀ ਕਲਰ ਕੀਤੇ ਨੇ ਯੂਜ, ਨਾਲ ਇੱਕ ਗ੍ਰੀਨ ਕਲਰ ਐਕਸਟਰਾ ਯੂਜ ਕੀਤਾ ਹੋਇਆ ਵਿੱਚ ਇਹਦੇ। ਫਿਰ ਇਹਦੇ 'ਚ ਸਾਰਾ ਤਿੱਲੇ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਪੋਦ ਮੋਤੀ ਦਾ ਕੰਮ ਹੈ, ਬਹੁਤ ਸੋਹਣਾ ਲੱਗਦਾ। ਪਲੇਸਿੰਗ ਇਸ ਤਰ੍ਹਾਂ ਨੀਚੇ ਘੇਰੇ 'ਤੇ ਅਤੇ ਇਹ ਉੱਪਰ ਨੈੱਕ ਦੇ। यह पूरा आर्टिकल आ गया जी, इस तरह ही बाजू ते ब्रॉच आएगा। दुपट्टा बहुत प्यारा है, ग्रे कलर है जी, अला लाइट अपना मीडियम ग्रे कलर दुपट्टा, टोटल डिजाइनर ये एम्ब्रॉयडरी वाला दुपट्टा विद प्रिंटिंग विद फोर साइड पेस्टिंग। देखो जी प्राइस की निकले, आइटम नंबर आज की वीडियो की 11 जी, प्राइस पेगा 5890। नेक्स्ट चलो जी, एक यह कलैक्शन आएगी पिंक अपना थोड़ा जहा गाजरी पिंक दे, प्याजी पिंक दे उत्ते आइटम आई है। ये सारा नीचे शैनले ग्रे कलर का बॉर्डर दिता पहला, वो उपर सारी एम्ब्रॉयडरी इस तरह ये सीकुंस की। फिर ये उपर इस तरह नैक आ गया, पिंटैक्स आ गई, चारे पास लेस आएगी। दुपट्टे के फुल जाल आएगा इस तरह ये, तो चारे पास लेसिस आएगी वाइट, एक्सक्लूसिव टेस्ट है सारा ही। देखो आ लुक आएगी पूरे आर्टिकल दी, तो जी आ लुक पूरे आर्टिकल दी। दिओ बड़े प्राइस की निकले, आइटम नंबर 12 जी, ये प्राइस पेगा 4500 रुपये जी सिर्फ। नेक्स्ट चलो जी, तारे टिका भरना नहीं आ लो जी, क्या कलैक्शन आएगी। ये भी सारा गोल्ड, लाइट गोल्ड अनमोल कलर का काम है सारा। ये सारा तिले का काम आ गया, सिप्पी का काम आ गया, पोद मोती का काम आ गया, ग्रीन कलर के पर्ल्स आ गए। ये शर्ट का सारा घेरा आएगा इस तरह ये, फिर ये उपर पूरा जाल आएगा इस तरह ये, पूरा जाल ये कड़दाने का पर्ल्स का, तो नाल हल्का जहा मिरर का। चारे पासे दुपट्टे के लेसिस आएगी, ऑर्गेंजा की शर्ट है, ऑर्गेंजा की चुन्नी है, सिल्क की बॉटम है, बहुत मतलब सुलीक जहा बिल्कुल यूनीक जी आइटम हैगी है। ओवर काम नहीं है, कोई पेस्टल जहा काम है सारा। बेटा देना प्राइस की निकलिया अज की वीडियो की आइटम नंबर यह 13 जी, प्राइस पेगा 5080। नेक्स्ट चलो जी, एक है डिजाइनर चल रहे श्री कृष्णा क्रिएटर बॉम्बे के, बिल्कुल डिफरेंट आर्टि बंदे आर्टिकल सारे दे। नौ जी ये मतलब दो तीन तीन तरह के काम होंगे ने। एक तो पहला प्रिंटिंग आ गई सारी इस तरह नीचे, ठीक है जी। फिर प्रिंटिंग के उपर पूरा सीकुंस का जाल आ गया, फिर वो नीचे सारी स्कैल्पिंग एम्ब्रॉयडरी आ गई, नीचे और ऑर्गेंजा का पैच दे के उत्ते सारी एम्ब्रॉयडरी की इस तरह नीचे घेरे से। यही काम सेम बाजू से आएगा, फिर नैक उत्ते आ गया हैंडवर्क, ये हल्का जहा हैंडवर्क सिर्फ पट्टी एक, ताकि सिर्फ डिफरेंट लगे चीज़, ओवर ना लगे मतलब। फिर दुपट्टा चारे पासे चनौन च पाँगा, वो चारे पासे एम्ब्रॉयडरी ਨਾਲ ਨਾਲ ਸੀਕੁਐਂਸ ਦਾ ਕੰਮ, ਹਲਕਾ ਜਿਹਾ ਵਿੱਚ ਬਲੈਕ ਸਰਵੋਸਕੀ ਸੇਮ ਇਹਦੇ 'ਚ। ਲਓ ਜੀ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਨਾਲ ਡਸ਼ੀਨ ਦੀ ਬੋਟਮ ਆਏਗੀ। ਆਈਟਮ ਨੰਬਰ ਇਹ ਅੱਜ ਦੀ ਵੀਡੀਓ ਦੀ 14, ਪ੍ਰਾਈਸ ਪਏਗਾ ਇਹਦਾ 5400 ਰੁਪਏ ਸਿਰਫ। ਲਓ ਜੀ ਇੱਕ ਪ੍ਰਿੰਟਿੰਗ ਦੇ ਵਿੱਚ ਆਰਟੀਕਲ ਆਏ ਸੀ ਨਵੇਂ, ਤੁਹਾਨੂੰ ਉਹ ਵੀ ਦਿਖਾ ਰਿਹਾ। ਇਹ ਡਸ਼ੀਨ ਦੇ ਉੱਤੇ ਆਈਟਮ ਆਈ ਇਸ ਤਰ੍ਹਾਂ ਜਿਹੜੀ, ਇਹ ਕਰੇਪ ਡਸ਼ੀਨ ਹੈ, ਸਾਰੀ ਪ੍ਰਿੰਟਿੰਗ ਆਏਗੀ ਪਹਿਲਾਂ ਇਹਦੇ ਉੱਪਰ ਇਸ ਤਰ੍ਹਾਂ ਜੀ, सारी देखो इस तरह ना, मैं तुम्हें बैक तो दिखा रहा, सारी प्रिंटिंग है पहला ही, फिर ये उपर करता अभी सारा हाईलाइट करता जी। ये जो प्रिंट बॉर्डर है ये उपर सिर्फ सरवोस्की है, ये
ਇਹਦੇ ਉੱਪਰ ਸਾਰਾ ਨੋਟ ਦਾ ਕੰਮ ਆਏਗਾ, ਤਿੱਲੇ ਦਾ ਕੰਮ ਆਏਗਾ, ਅਤੇ ਨਾਲ ਨਾਲ ਹਲਕਾ ਜਿਹਾ ਸਰਬੋਸਕੀ ਹੈ। ਪੂਰੀ ਸ਼ਰਟ ਦਾ ਫਰੰਟ ਆ ਗਿਆ, ਇਸ ਤਰ੍ਹਾਂ ਹੀ ਬੈਕ ਆਏਗੀ, ਫੁੱਲ ਬਾਜੂ, ਦੁਪੱਟਾ, ਚਾਰੇ ਪਾਸੇ ਪੇਸਟਿੰਗ ਪ੍ਰਿੰਟਿੰਗ, ਨਾਲ ਨਾਲ ਹਲਕੀ ਹਲਕੀ ਬਾਂਕੜੀ ਦੀ ਫੋਰ ਸਾਈਡ ਟਚਿੰਗ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਆਈਟਮ ਨੰਬਰ 15, ਪ੍ਰਾਈਸ ਪਏਗਾ 5070। ਨੈਕਸਟ ਰੋ ਜੀ, ਲਓ ਜੀ, ਕਿਆ ਚੀਜ਼ ਆਏਗੀ, ਔਰਗੈਂਜ਼ਾ ਬੇਟੇ, ਇਹ ਬਿਲਕੁਲ ਡਿਫਰੈਂਟ ਕੋਨਸੈਪਟ ਆਇਆ, ਇਹ ਫਸਟ ਟਾਈਮ ਆਈਟਮ ਬਣ ਕੇ ਆਈ ਹੈ ਆਰ ਸਟੂਡੀਓ ਔਰਗੈਂਜ਼ਾ ਉੱਤੇ। ਮੋਸਟਲੀ ਇਹਦੇ ਡਿਸ਼ੀਨ 'ਤੇ ਬੰਦੇ ਨੇ ਜਾਂ ਸਿਲਕ 'ਤੇ ਬੰਦੇ ਨੇ ਜਾਂ ਬਨਾਰਸੀ ਦੇ ਬੰਦੇ ਨੇ। ਆਹ ਦੇਖੋ ਸਾਰੀ, ਇਸ ਤਰ੍ਹਾਂ ਇਹ ਪ੍ਰਿੰਟਿੰਗ ਸਾਈਡ 'ਤੇ ਦਿੱਤੀ ਹੈ ਲਈ, ਇਹ ਪੂਰੀ ਸ਼ਰਟ ਦਾ ਫਰੰਟ, ਨੀਚੇ ਘੇਰੇ 'ਤੇ ਪ੍ਰਿੰਟਿੰਗ ਆਏਗੀ, ਉਹਦੇ ਉੱਪਰ ਫਿਰ ਆਊਟਿੰਗ ਆਏਗੀ ਸਾਰੀ, ਜਿਸ ਤਰ੍ਹਾਂ ਸਾਰਾ ਪ੍ਰਿੰਟਿੰਗ ਆ ਗਈ, ਇਹਦੇ ਉੱਪਰ ਆਊਟਿੰਗ ਆ ਗਈ, ਹਲਕਾ ਸਿੱਪੀ ਦਾ ਤਿੱਲੇ ਦਾ ਕੰਮ, ਪੂਰੀ ਸ਼ਰਟ ਦਾ ਫਰੰਟ ਪੈਨਲ, ਉਹਦੇ ਉੱਪਰ ਨੈਕ ਸੈਟਿੰਗ, ਹਲਕੀ ਜਿਹੀ ਐਮਬਰਾਇਡਰੀ ਆਊਟਿੰਗ ਨੈਕ ਉੱਤੇ, ਦੁਪੱਟਾ ਬਹੁਤ ਪਿਆਰਾ ਜਿਹਦਾ, ਦੁਪੱਟਾ ਕੰਟਰਾਸਟ ਆਏਗਾ, ਨਾਲ ਇਹਦੇ ਬੋਟਮ ਆਏਗੀ, ਜਿਸ ਕਲਰ ਦੀ ਸੈਂਟਰ ਦੁਪੱਟੇ ਦਾ ਆਏਗਾ ਉਸੇ ਕਲਰ ਦੀ ਨਾਲ ਇਹਦੇ ਬੋਟਮ ਆਏਗੀ ਇਸ ਤੋਂ। ਲਓ ਜੀ, ਪ੍ਰਾਈਜ਼ ਦੇ ਬੇਟਾ ਕੀ ਨਿਕਲਿਆ, ਸਕਿਨ ਇਨ ਟੂ ਗਾਜਰੀ ਦੇ ਨਾਲ ਆਈਟਮ ਹੈ, ਆਈਟਮ ਨੰਬਰ 16, ਪ੍ਰਾਈਜ਼ ਪਏਗਾ ਸਿਰਫ 4650 ਰੁਪਏ ਉੱਤੇ। ਔਰਗੈਂਜ਼ਾ ਦੀ ਸ਼ਰਟ ਹੈ, ਚਲੋ, ਅਤੇ ਔਰਗੈਂਜ਼ਾ ਦੀ ਹੀ ਚੁੰਨੀ ਹੈ, ਸਾਟਨ ਔਰਗੈਂਜ਼ਾ ਦੀ। ਲਓ ਜੀ, ਇੱਕ ਇਹ ਕਲੈਕਸ਼ਨ ਆਏਗੀ ਸਾਰੀ, ਇਹ ਵੀ ਡਿਸ਼ੀਨ ਦੇ ਉੱਤੇ ਆਈਟਮ ਆਈ ਹੈ, ਸਾਰਾ ਸਾਰਾ ਸੈਲਫਿੰਗ ਬੇਸ ਆਏਗਾ ਇਸ ਟਾਈਪਸ ਦੇ ਵਿੱਚ ਦਾ। ਇਹਦੇ ਉੱਤੇ ਨੀਚੇ ਸਾਰਾ ਬਾਰਡਰ ਦਿੱਤਾ ਪਹਿਲਾਂ ਘੇਰੇ 'ਤੇ, ਸਾਰਾ ਜੈਪੁਰੀ ਗੋਟਾ ਹੀ ਲੱਗਿਆ ਜੀ, ਬਹੁਤ ਫਾਈਨ, ਇਹ ਚਾਲੂ ਗੋਟੇ ਨਹੀਂ ਲੱਗੇ, ਸਾਰੇ ਵਧੀਆ ਗੋਟੇ ਲੱਗੇ ਨੇ। ਇਹਦੇ 'ਚ ਦੇਖੋ ਰੇਸ਼ਮ ਦਾ ਕੰਮ ਵੀ ਹੈ, ਸਿੱਪੀ ਦਾ ਕੰਮ ਵੀ ਹੈ, ਤਿੱਲੇ ਦਾ ਕੰਮ ਵੀ ਹੈ, ਫਿਰ ਇਹਦਾ ਜਿਹੜਾ ਪੈਨਲ ਬਣਿਆ ਬਹੁਤ ਐਕਸਕਲੂਸਿਵ। ਆਹ ਦੇਖੋ ਕੰਮ, ਦੇਖੋ ਸਾਰਾ ਡਿਫਰੈਂਟ ਕੰਮ, ਇਹਦੇ ਚਰਖੀ ਗੋਟੇ ਦਾ ਕੰਮ ਹੈ, ਰੇਸ਼ਮ ਦਾ, ਤਿੱਲੇ ਦਾ ਅਤੇ ਸੀਕੁਐਂਸ ਦਾ ਪੂਰਾ ਫਰੰਟ। ਬੋਟਮ ਆਏਗੀ ਮਿਕਸਰ ਮੈਚ ਦੇ ਵਿੱਚ, ਦੁਪੱਟਾ ਖੁੱਲ੍ਹੇ ਹੁਣ ਦੁਪੱਟਾ ਆਏਗਾ ਨਾਲ ਇਹਦੇ, ਚਾਰੇ ਪਾਸੇ ਦੁਪੱਟੇ ਦੇ ਵਿੱਚ ਔਰਗੈਂਜ਼ਾ ਪੇਸਟਿੰਗ ਹੈ, ਅਤੇ ਸੈਂਟਰ ਦੇ ਵਿੱਚ ਪੂਰੀ ਗੋਟੇ ਦਾ ਜਾਲ ਦੁਪੱਟੇ ਦੇ ਵਿੱਚ ਇਸ ਤਰ੍ਹਾਂ। ਦਿਓ ਜੀ, ਪ੍ਰਾਈਜ਼ ਕੀ ਨਿਕਲਿਆ, ਆਈਟਮ ਨੰਬਰ ਅੱਜ ਦੀ ਵੀਡੀਓ ਦੀ 17 ਜੀ, ਪ੍ਰਾਈਜ਼ ਪਏਗਾ 4630 ਰੁਪਈਏ। ਇੱਕ ਇਹ ਚੀਜ਼ ਆਏਗੀ ਸਟਾਈਪਸ ਦੇ ਵਿੱਚ, ਕੋਨਸੈਪਟ ਆਇਆ ਸਾਰਾ ਇਸ ਤਰ੍ਹਾਂ ਹੀ ਇਹਦਾ, ਇਹ ਮਲਟੀ ਸਟਾਈਪਸ ਆਣਗੀਆਂ ਪ੍ਰਿੰਟਿੰਗ ਦੇ ਵਿੱਚ, ਇਹ ਵੀ ਆਰ ਸਟੂਡੀਓ ਦੇ ਵਿੱਚ ਫਸਟ ਟਾਈਮ ਆਈਟਮ ਲਾਂਚ ਹੋਈ ਹੈ। ਅਤੇ ਇਹਦੇ ਨੀਚੇ ਇਹਦਾ ਇਸ ਤਰ੍ਹਾਂ ਹੈਗਾ ਘੇਰਾ, ਸੱਭਿਆ ਸਾਚੀ ਪੈਟਰਨ ਦੇ ਵਿੱਚ, ਇਹਦੇ 'ਚ ਪ੍ਰਿੰਟਿੰਗ ਹੈ ਸਾਰੀ, ਉਹਦੇ ਉੱਪਰ ਹਲਕਾ ਜਿਹਾ ਤਿੱਲੇ ਦਾ ਕੰਮ ਹੈ, ਨੀਚੇ ਹਲਕਾ ਜਿਹਾ ਸ਼ੀਸ਼ੇ ਦਾ ਕੰਮ ਹੈ, ਨੀਚੇ ਹਲਕੀ ਜਿਹੀ ਬਾਂਕੜੀ ਦੇ ਸਮੋਸਾ ਲੇਸ। ਅਤੇ ਇਸ ਤਰ੍ਹਾਂ ਹੀ ਦੁਪੱਟਾ ਪੂਰਾ ਫੁੱਲ ਜਾਲ ਦੁਪੱਟਾ ਪ੍ਰਿੰਟਿੰਗ ਦੇ ਵਿੱਚ, ਉਹਦੇ ਚਾਰੇ ਪਾਸੇ ਪ੍ਰਿੰਟਿੰਗ ਉੱਤੇ ਹਲਕੀ ਹਲਕੀ ਐਮਬਰਾਇਡਰੀ ਬਾਦਲੇ ਦੀ। ਲਓ ਜੀ, ਗਾਜਰੀ ਕਲਰ ਦੀ ਬੋਟਮ ਆਏਗੀ, ਇਸ ਕਰ ਵਾਈਨਿਸ਼ ਗਾਜਰੀ ਕਲਰ ਦੀ, ਅਤੇ ਆਈਟਮ ਨੰਬਰ 18 ਜੀ, ਪ੍ਰਾਈਜ਼ ਪਏਗਾ ਇਹਦਾ ਸਿਰਫ 4650 ਰੁਪਏ ਜੀ ਦਾ। ਲਓ ਜੀ, ਇੱਕ ਚੀਜ਼ ਦੇਖੋ ਜਿਹੜਾ ਇਹ ਆਪਣਾ ਬਨਾਰਸੀ ਸਿਲਕ ਉੱਤੇ ਆਈਟਮ ਬਣ ਕੇ ਆਈ ਜੀ, ਸਾਰਾ ਨੀਚੇ ਨਾ ਬਨਾਰਸੀ ਸਿਲਕ ਦਾ ਫੈਬਰਿਕ ਹੈ ਇਹ, ਅਤੇ ਕੰਟਰਾਸਟ ਬੋਟਮ ਆਉਂਦੀ ਹੈ ਲੈਮਨ ਦੇ ਨਾਲ ਯੈਲੋ, ਨੀਚੇ ਸਿਰਫ ਪੇਸਟਿੰਗ ਹੁੰਦੀ ਹੈ, ਨੈਕ ਉੱਤੇ ਸਾਰਾ ਹੈਂਡ ਵਰਕ ਹੈ, ਪਲਸ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਨੋਟ ਦਾ ਕੰਮ ਹੈ, ਦੁਪੱਟਾ ਪੂਰਾ ਫੁੱਲ ਜਾਲ ਇਸ ਤਰ੍ਹਾਂ, ਚਾਰੇ ਪਾਸੇ ਦੁਪੱਟਾ ਡਾਰਕ ਮਸਟਰਡ ਜਿਸ ਕਲਰ ਦੀ ਬੋਟਮ ਹੈ, ਅਤੇ ਨਾਲ ਇਹਦੇ ਲੈਮਨ ਕਲਰ ਦਾ ਨਾਲ ਇਹਦੇ ਦੁਪੱਟਾ ਇਸ ਤਰ੍ਹਾਂ। ਲਓ ਜੀ, ਪ੍ਰਾਈਜ਼ ਦੱਸਾਂਗੇ, ਤੁਸੀਂ ਮਤਲਬ ਹੈਰਾਨ ਹੋ ਜਾਓਗੇ ਕਿ ਪ੍ਰਾਈਜ਼ ਬਣਿਆ ਕਿ, ਦੇਖੋ ਸਾਰਾ ਹੈਂਡਵਰਕ ਹੈ, ਸਿਲਕ ਦਾ ਫੈਬਰਿਕ ਹੈ, ਦੁਪੱਟਾ ਪੂਰਾ ਫੁੱਲ ਜਾਲ ਆ। ਦਿਓ ਜੀ, ਪ੍ਰਾਈਜ਼ ਕੀ ਹੈ, ਆਈਟਮ ਨੰਬਰ 19 ਹੈ ਜੀ, ਸਿਰਫ 2100 ਰੇਟ ਨਿਕਲਿਆ ਜੀ। ਨੈਕਸਟ ਲਓ ਜੀ, ਇੱਕ ਇਹ ਚੀਜ਼ ਸਾਡੇ ਕੋਲ ਬਹੁਤ ਸੁਪਰ ਜਾ ਰਹੀ ਹੈ ਜੀ ਜਿਹੜੀ, ਹੁਣ ਇਹ 'ਚ ਬਲੈਕ ਕਲਰ ਆਇਆ, ਕਦੇ ਗ੍ਰੀਨ ਆਉਂਦਾ, ਕਦੇ ਯੈਲੋ ਆਉਂਦਾ, ਕਦੇ ਰੈੱਡ ਆਉਂਦਾ, ਇਹਦਾ ਡਬਲ ਕਲਰ ਦਾ ਗੋਟਾ ਹੁੰਦਾ, ਲਾਈਟ ਐਂਡ ਡਾਰਕ ਅਨਮੋਲ ਕਲਰ ਦੇ ਵਿੱਚ, ਪੂਰੀ ਸ਼ਰਟ ਦਾ ਇਸ ਤਰ੍ਹਾਂ ਫਰੰਟ ਹੈ, ਅਤੇ ਨਾਲ ਇਸ ਤਰ੍ਹਾਂ ਹੀ ਬਾਜੂ 'ਤੇ ਕੰਮ ਆਏਗਾ। ਇਹ ਦੁਪੱਟੇ ਦਾ ਨਾ ਆਪਣਾ ਸੂਟ ਦਾ ਵੇਟ ਨਹੀਂ ਹੁੰਦਾ ਜੀ, ਬਿਲਕੁਲ ਲਾਈਟ ਵੇਟ ਚੀਜ਼ ਹੈ ਇਹ, ਅਤੇ ਫੋਰ ਸਾਈਡ ਦੁਪੱਟਾ ਹੈ ਇਸ ਤਰ੍ਹਾਂ ਜੀ, ਦੁਪੱਟੇ 'ਤੇ ਵੀ ਗੋਟੇ ਦਾ ਕੰਮ ਹੈ ਸਾਰਾ। ਲਓ ਜੀ, ਉਹਦੇ ਉੱਪਰ ਨਾਲ ਬੂਟੀ ਕੋਨਸੈਪਟ, ਡਿਸ਼ੀਨ ਦਾ ਸੂਟ ਹੈ, ਚਰੋਨ ਸ਼ਫੋਨ ਦੀ ਚੁੰਨੀ ਹੈ, ਆਈਟਮ ਨੰਬਰ 20 ਹੈ, ਪ੍ਰਾਈਜ਼ ਪਏਗਾ 81780 ਰੁਪਏ ਜੀ। ਲਓ ਜੀ, ਇਹ ਸਾਰੇ ਕੋਨਸੈਪਟ ਆਏ ਨੇ ਰੰਧਾਇਆ, ਅੱਜ ਮੈਂ ਨਵੇਂ ਆਈਟਮਾਂ,
नंबर तुम एक बार दोबारा फिर नोट कर लो जी, इस स्टोर के नंबर ने तीन नंबर से वट्सएप चलता, तुम्हें जो जो चंगा लगता पिक भेज के तुम पीस फाइनल कर सकते हो जी अपने। ओके जी, सत श्रीकाल जी, बाय बाय जी।